ਉਹਦੇ ਦਰਸ਼ਨਾਂ ਤੋਂ ਵੱਡਾ ਕੁਝ ਨਹੀਂ। ਵੇਖੋ ਕਿੱਡੀ ਵੱਡੀ ਗੱਲ ਕਹੀ ਏ, ਫੇਰ ਕੇ ਅੱਗੇ ਰੱਖੀਏ ਜਿਤ ਦਿਸੇ ਮੂੰਹੋਂ ਕੇ ਬੋਲਣ ਬੋਲੀਏ, ਜਿਤ ਸੁਣ ਧਰੇ ਪਿਆਰ ਅੰਮ੍ਰਿਤ ਵੇਲਾ ਵੜਿਆਈ। ਕਿੱਡੀ ਵੱਡੀ ਗੱਲ ਹੈ, ਉਹਦਾ ਦਰਬਾਰ ਵੀ ਤੈਨੂੰ ਨਜ਼ਰ ਆ ਜਾਏ। ਫਿਰ ਹਰ ਪ੍ਰਚਾਰਕ ਕਹਿੰਦਾ ਗੁਰੂ ਨੂੰ ਪਿਆਰ ਕਰੋ, ਗੁਰੂ ਨੂੰ ਪਿਆਰ ਕਰੋ, ਇੱਥੇ ਉਲਟੀ ਗੱਲ ਕਹੀ ਹੈ। ਕਹਿੰਦੇ ਅੰਮ੍ਰਿਤ ਵੇਲਾ ਸੰਭਾਲ ਲੈ, ਤੂੰ ਗੁਰੂ ਨੂੰ ਕੀ ਪਿਆਰ ਕਰਨਾ, ਗੁਰੂ ਤੈਨੂੰ ਪਿਆਰ ਕਰੇ। ਮੂੰਹੋਂ ਕੇ ਬੋਲਣ ਬੋਲੀਏ, ਜਿੱਤ ਸੁਣ ਧਰੇ ਪਿਆਰ। ਪੰਜਵੀਂ ਪੰਕਤੀ ਜਵਾਬ ਦਿੱਤਾ, ਇਹ ਚੀਜ਼ਾਂ ਕਿਵੇਂ ਹੋਣਗੀਆਂ? ਅੰਮ੍ਰਿਤ ਵੇਲਾ ਸੱਚ ਨਾਉ ਵਡਿਆਈ, ਇਹ ਧਿਆਨ ਰੱਖਣਾ। ਅੰਮ੍ਰਿਤ ਵੇਲੇ ਗੱਲਾਂ ਨਾ ਹੋਣ, ਦੁਨਿਆਵੀ ਗੱਲ ਨਾ ਹੋਵੇ, ਸੱਚੇ ਨਾਮ ਨਾਲ ਵਡਿਆਈ ਨਾਲ ਉਹਦੀ ਮਤ ਵਿਚਾਰ ਨਾਲ ਜੁੜ ਜਾ, ਇਹ ਧਿਆਨ ਰੱਖਣਾ। ਸੱਤ ਜੁਗਤੀਆਂ ਨੇ, ਹੋਰ ਕੋਈ ਚੀਜ਼ ਨਹੀਂ ਲੱਗੀ ਬਈ ਇੱਕਦਮ ਤੁਹਾਨੂੰ ਕੁਝ ਦੇ ਦੇਣਗੇ। ਇਹ ਸੱਤ ਵਿਧੀਆਂ ਜੁਗਤੀਆਂ, ਥੋੜਾ ਥੋੜਾ ਸੈਡ ਸਹਿਯੋਗ ਇਹਦਾ ਲਓ ਤੇ ਕਿਰਪਾ ਹੋ ਸਕਦੀ। ਪਹਿਲੀ ਜੁਗਤੀ, ਜੇ ਤੁਹਾਡਾ ਚਿੱਤ ਕਰਦਾ ਅੰਮ੍ਰਿਤ ਵੇਲਾ ਮੈਨੂੰ ਮਿਲੇ, ਮੇਰਾ ਪਿਓ ਜੰਗ ਦੇ ਮੈਦਾਨ 'ਚ ਸੰਭਾਲੇ, ਅਤੇ ਮੈਂ ਆਮ ਲਾਈਫ ਅਜੇ ਜੀ ਰਿਹਾ, ਸਾਰਾ ਕੁਝ ਕਰ ਹੈਗਾ, ਤਾਂ ਵੀ ਲੇਟ ਉੱਠਣਾ। ਇਹ ਤੁਹਾਡੇ 'ਚੋਂ ਜਿਹਨੂੰ ਦਰਦ ਹੈ, ਜਿਵੇਂ ਅੰਮ੍ਰਿਤ ਵੇਲੇ ਜਾਗਣਾ, ਪਹਿਲੀ ਜੁਗਤੀ, ਇਹ ਮਹਾਂਪੁਰਸ਼ ਦੱਸਦੇ ਸੀ, ਪਹਿਲੀ ਜੁਗਤੀ ਰਾਤੀ ਜਿਹੜਾ ਪ੍ਰਸ਼ਾਦਾ ਛਕਦੇ ਹੋ, ਜਿੰਨੀ ਭੁੱਖ ਹੋਵੇ ਅੱਧਾ ਪ੍ਰਸ਼ਾਦਾ ਘੱਟ ਛਕੋ, ਆਖੋ ਸਤਨਾਮ। ਇਹ ਵਿਧੀ, ਜਿੰਨੀ ਭੁੱਖ ਹੈ ਅੱਧਾ ਪ੍ਰਸ਼ਾਦਾ ਘੱਟ ਛਕੋ, ਬਹੁਤ ਸਹਾਈ ਹੋਏਗਾ ਤੁਹਾਨੂੰ। ਹੁਣ ਇੱਥੇ ਕਈ ਦਲੀਲਾਂ ਸੀ, ਮੈਂ ਦਿਮਾਗ ਆਪ ਜੀ ਬਹੁਤੀ ਲੇਟ ਨਾ ਹੋਊ। ਕਦੀ ਤੁਸੀਂ ਘਰ ਵੈਸੇ ਰੁੱਸ ਕੇ ਕਿਸੇ ਹੋਰ ਕਾਰਨ ਕਰਕੇ, ਮੈਂ ਰਾਤ ਦੀ ਰੋਟੀ ਨਹੀਂ ਖਾਣੀ ਤੇ ਜਿਹਦੇ ਨਹੀਂ ਖਾਓਗੇ, ਤੁਹਾਨੂੰ ਕਿੰਨੀ ਵਾਰੀ ਰਾਤੀ ਜਾਗ ਆਉਂਦੀ, ਇਹਦਾ ਤਲਕ ਹੈ ਆਖੋ ਸਤਨਾਮ। ਜਿਹੜਾ ਬਹੁਤ ਰੱਜ ਕੇ ਸੋਏਗਾ ਉੱਠਣਾ ਔਖਾ ਹੈ, ਜਿੰਨੀ ਭੁੱਖ ਹੈ ਅੱਧਾ ਪ੍ਰਸ਼ਾਦਾ ਉਹਦੇ ਨਾਲ ਘੱਟ, ਬੜੇ ਆਰਾਮ ਨਾਲ ਚਾਰ ਸਾਢੇ ਚਾਰ ਫਿਰ ਉੱਠ ਸਕਦੇ ਹੋ, ਪੰਜ ਵਜੇ ਸਾਢੇ ਚਾਰ। ਪਹਿਲੀ ਜੁਗਤੀ। ਦੂਸਰੀ ਜੁਗਤੀ, ਜਿਹੜਾ ਵੀ ਤੁਹਾਡੇ ਚੋਂ ਚਾਹੁੰਦਾ ਵੀ ਮੈਂ ਅੰਮ੍ਰਿਤ ਵੇਲਾ ਸੰਭਾਲਾਂ, ਤੇ ਦੂਜੀ ਜੁਗਤੀ ਹੈ ਸਮੇਂ ਸਿਰ ਆਰਾਮ ਚ ਹੋ ਜਾਇਆ ਕਰੋ, ਆਪੋ ਸਤਨਾ। ਇਹ ਦਸ ਦੇ ਲਾਗੇ ਚ ਆ ਗਏ, ਆਰਾਮ ਚ ਹੋ ਜਾਓ, ਬੜਾ ਸੁੱਖ ਹੋਏਗਾ ਉੱਠਣਾ ਤੁਹਾਡੇ, ਸੰਭਾਲਣਾ ਬਹੁਤ ਸੁੱਖਾ ਹੋਏਗਾ। ਇਹ ਦੂਜੀ ਜੁਗਤੀ। ਹੁਣ ਜੇ ਇੱਕ ਇੱਕ ਦੋ ਦੋ ਵਜੇ ਸੋਵੋਗੇ ਤੇ ਫਿਰ ਉੱਠਿਆ ਨਹੀਂ ਜਾਏ। ਤੁਹਾਡੀ ਕੌਮ ਦੇ ਬੜੇ ਪਿਆਰੇ ਪ੍ਰਚਾਰਕ ਭਾਈ ਪਿੰਦਰਪਾਲ ਸਿੰਘ ਜੀ ਨੂੰ ਮੈਂ ਸੁਣ ਰਿਹਾ ਸੀ, ਉਹਨਾਂ ਨੇ ਦੱਸਿਆ, ਕਹਿੰਦੇ ਮੈਨੂੰ ਕਿਸੇ ਨੇ ਕਿਹਾ ਵੀ ਭਾਈ ਸਾਹਿਬ ਅੰਮ੍ਰਿਤ ਵੇਲਾ ਨਹੀਂ ਸੰਭਾਲਿਆ ਜਾਂਦਾ। ਕਿਸੇ ਨੇ ਕਿਹਾ ਉਹਨਾਂ ਨੂੰ ਭਾਈ ਪਿੰਦਰਪਾਲ ਜੀ ਵੀ ਸਾਡੇ ਕੋਲ ਅੰਮ੍ਰਿਤ ਵੇਲਾ ਨਹੀਂ ਸੰਭਾਲਿਆ ਜਾਂਦਾ। ਉਹਨਾਂ ਨੇ ਅੱਗੋਂ ਜਵਾਬ ਦਿੱਤਾ, ਕਹਿੰਦੇ ਪਹਿਲੇ ਸੌਣ ਦਾ ਵੇਲਾ ਸੰਭਾਲ ਲਓ, ਅੰਮ੍ਰਿਤ ਵੇਲਾ ਆਪੇ ਸੰਭਾਲਿਆ ਜਾਏ। ਆਖੋ ਸਤਨਾਮ। ਸੌਣ ਦਾ ਵੇਲਾ ਸੰਭਾਲ ਲਓ, ਅੰਮ੍ਰਿਤ ਵੇਲਾ ਆਪੇ ਸੰਭਾਲਿਆ ਜਾਏ। ਇਹ ਕੋਸ਼ਿਸ਼ ਕਰੋ, ਦਸ ਪੌਣੇ ਦਸ ਸਵਾ ਦਸ ਆਰਾਮ ਚ ਹੋ ਜਾਇਆ ਜਾਵੇ, ਇਹਨੂੰ ਫੀਲ ਨਾ ਕਰਨਾ। ਤੁਸੀਂ ਮਨ ਵੀ ਲਓਗੇ, ਪਰ ਜਦੋਂ ਕੋਈ ਵਿਆਹ ਸ਼ਾਦੀ ਆ ਗਿਆ ਨਾ, ਫਿਰ ਤੁਹਾਡੇ ਦੋ ਵੱਜ ਜਾਣੇ। ਵਿਆਹ ਸ਼ਾਦੀਆਂ 'ਚ ਜਾਓ ਵੀ ਜ਼ਰੂਰ, ਗ੍ਰਿਸਤੀ ਨਿਭਾਉਣੀ ਹੈ, ਸਾਢੇ ਅੱਠ ਨੌ ਜਾਇਆ ਕਰੋ, ਸ਼ਗਨ ਦਾ ਲਿਫਾਫਾ ਦਿਆ ਕਰੋ, ਥੋੜ੍ਹਾ ਜਿਹਾ ਲਿਆ ਕਰੋ, ਪੌਣੇ ਦਸ ਸਾਢੇ ਨੌ ਵਾਪਸ ਆ ਜਾਓ। ਮੇਰਾ ਵਿਆਹ ਵੀ ਭੁਗਤ ਗਿਆ, ਦੁਨੀਆਦਾਰੀ ਵੀ ਭੁਗਤ ਗਈ, ਪਰ ਮੈਂ ਆਪਣੇ ਕਲਗੀਆਂ ਵਾਲੇ ਦਾ ਹੀਰਿਆਂ ਵਰਗਾ ਅੰਮ੍ਰਿਤ ਵੇਲਾ ਨਹੀਂ ਛੱਡਣਾ। ਉਹ ਸਵਾਲ, ਇਹ ਬਾਬਾ ਆਨੰਦ ਸਿੰਘ ਜੀ ਦਾ ਬਚਨ ਹੈ। ਕਹਿੰਦੇ ਜਦੋਂ ਰਾਤੀ ਦੋ ਦੋ ਵਜੇ ਸੋਵਾਂਗੇ, ਡੇਢ ਡੇਢ ਵਜੇ ਪਾਰਟੀਆਂ ਤੋਂ ਆਵਾਂਗੇ, ਵਿਆਹਾਂ ਤੋਂ ਆਵਾਂਗੇ,
उस दिन अमृत वेला साडा टुट जाएगा ते बाबा आनंद सिंह जी का बचन है एक दिन का अमृत वेला टुटिया होया कई बार सत दिन काबू नहीं आता हिल जाता एक बार आखो सत ना सत सत दिन फिर वो टिकाने नहीं आता गुरु कृपा करे सौण का वेला भी संभाल मैनू एक दिन शर्म आई सी मैनू अजा कीर्तन है चलो ये थोड़ी कृपा है बी कीर्तन दे नाल नाल कई समझदे आपां कीर्तन करदे आं पर हुण जिहड़ी पौवण सेवा चल रही है बाबा दीप सिंह दा आगमन स्थान दिल करदा किसे वेले तुहानूं सारे आपां उत्थे जाइए पूला साहिब सेवा चल रही भाई तारू सिंह दा स्थान सकूल होए होर जिहड़े जिहड़े जगह ते सारे कारज चल रहे मैं कई बार फिर अकाउंट मिलने पैंदे सीमेंट किन्ना आया इन तरीक नूं किन्ना आया सीमेंट इन नूं किन्ना कई बार सरिये दे अकाउंट मिलने पैंदे रेत दे अकाउंट बजरी दे मैं एक बार सरिये दा अकाउंट मिल रहा सां किसे नाल अजे 20 मिनट का काम रहिंदा सी आपां मेल रहे सां इन तरीक नूं इन्ना आया आ रेट आया क्योंकि भी गुरु नानक की ड्यूटी समझ के मैं करदा ना करिए तसली नहीं हुंदी चलो संगत एक एक पैसा सही जाए कोशिश होती मैं अकाउंट मिल रहा सा 9:10 हो गए भलाई के अंदर जेड़ा मेरे सामने अकाउंट मिल रहा है ना उन्हें इंज पेन सुटता कहिंदा जी मैनू आ गया दिओ बाकी आपां कल मिला मैं कहा जी 20-25 मिनट का काम है हुण भुगता के जाओ काम मुका के जाओ अकाउंट मिल रहे हजे असीं कीर्तन करते हैं वो एक आम बंदा मैं कहता जी मैं अपनी जिंदगी एक प्रण किया होया कहते 9:15 मैं जिथे होव उ काम छड़ देना वा क्योंकि रोटी खा के 10 तक मैं आराम च हो जाना हों कि मेरा 3-4 का हीरिया वर्गा अमृत वेला ना टुट जाए मैं क्या कमाल करती बी तू आखो सतनाम मैं कहा कीर्तन करते हैं सानू नहीं है भी वो ध्यान रखिए पर तू एक एहोजा प्रण किया जेड़ा प्रण हीरिया वर्गे दात नाल जोड़ ये दूजी जुगत ही कोशिश करया करो मतलब विआह शादियां जी तुहानू 1:30-2 बजते हैं पार्टियां वेले भी बजते है तो गुस्सा ना करो सीरीयल वेखद भी बजते आखो सतनाम सीरीयल भी कई बार 11:30 आ देंगे ये ध्यान रखो जी अमृत वेला संभालना है पहले सौण का वेला संभालो अमृत वेला फिर आपे संभालिया जाए जो सौण का वेला नहीं संभालिया फिर औखा ये दूजी ज्योति समय सिर आराम च हो जाए आ कृपा करनी जी तीजी जुगती अलार्म का सहारा ले लिया गया कोई गुनाह नहीं एक घड़ी ला लो ते दो अलार्म ला लो दूजी ला लो लानी है कुछ भी मतलब सहारा ये मैं गल बिल्कुल आम कर रहा थोड़े और इन दूजे बने ना खड़ना थोड़े चो कुछ बख्शियां रूहां बैठिया होनगियां ये अलार्म उन्हां वास्ते नहीं जिहड़ी हुण मैं गल बोलन लगा वो तुहाडे चों कुछ समझणगे कुछ नहीं आम अवस्था चों अलार्म ला लो कोई गल पर तुहाडे चों कई रूहां इहो जिहां बैठियां होणगियां जिहड़ियां इत्थे पहुंचियां होणगियां कि तुसीं मन च धार लो सवेरे ट्रेन फड़नी है मन च धार लो सवेरे 9:30 3:30 उठना है ते मैं गुरु दी हजूरी च कहना ਉਹ ਜਾਣਦੀਆਂ ਨੇ ਜੋ ਉਹਨਾਂ ਨੇ ਸੋਚਿਆ ਹੋਵੇ 9:00 ਉੱਠਣਾ ਹੈ ਤੇ ਆਪ ਸ਼ਹੀਦ ਸਿੰਘ ਕਿਸੇ ਨਾ ਕਿਸੇ ਰੂਪ ਵਿੱਚ ਕਿਰਪਾ ਕਰਦੇ ਨੇ ਆਪ ਵਰਤਦੇ ਨੇ ਉਹ ਵਿਧ ਬਣਦੀ ਹੈ 9:00 ਆਪਣੇ ਆਪ ਜਾ ਖਾ ਜਾਂਦੀ ਵਿਧ ਬਣ ਜਾਂਦੀ ਜਿਹੜੇ ਉੱਥੇ ਪਹੁੰਚੇ ਹੋਣ ਉਹ ਅਲਾਰਮ ਦੀ ਨਹੀਂ ਉਹ ਦਰਗਾਹੀ ਡਿਊਟੀਆਂ ਲੱਗੀਆਂ
ਨਹੀਂ ਤੇ ਤੀਜੀ ਯੁਗਤੀ ਅਲਾਰਮ ਦਾ ਵੀ ਸਹਾਰਾ ਲੈ ਲਓ, ਇਹ ਵੀ ਸਾਈ ਹੈ। ਚੌਥੀ ਯੁਗਤੀ ਪਾਣੀ ਦਾ ਜੱਗ ਸਰਾਣੇ, ਸਰਾਣੇ ਨਹੀਂ ਮਤਲਬ ਪਲੰਗ ਕੋਲ ਛੋਟਾ ਜਿਹਾ ਮੇਜ਼, ਉੱਥੇ ਪਾਣੀ ਦਾ ਜੱਗ ਤੇ ਤੌਲੀਆ ਰੱਖ ਲਿਆ ਕਰ। ਹੁਣ ਤੁਸੀਂ 5 ਵਜੇ ਉੱਠੇ ਹੋ ਨਾ, ਯੂਰਪੀਆ ਨੀਂਦਰ ਦਾ ਪੂਰਾ ਪਿਆ ਰਹੇ, ਬਹਿ ਜਾਓ ਚੌਂਕੜੀ ਮਾਰ ਕੇ। ਹੁਣ ਯੋਰ ਪੂਰਾ ਪਿਆ, ਆਪਣਾ ਹੱਥ ਖੜੋ ਤੌਲੀਆ, ਜੱਗ ਤੋਂ ਢੱਕਣ ਲਾਓ, ਤੌਲੀਆ ਡੋਬ ਦਿਓ, ਯੋਰ ਪਿਆ ਰਹੇ ਉਹ ਤੌਲੀਆ ਗਿੱਲਾ ਫੜੋ, ਅੱਖਾਂ ਨੂੰ ਲਾ ਦਿਓ। ਮੈਂ ਮਹਾਰਾਜ ਦੀ ਜ਼ੋਰੀ ਕਹਿਣਾ 60% ਸੁਚੇਤ ਹੋ ਜਾਓ, 60%। ਇਹ ਹੈ ਨਿੱਕੀ ਨਿੱਕੀ ਗੱਲਾਂ ਨੇ, ਹੁਣ ਤੁਹਾਨੂੰ ਦੱਸ ਦਈਏ ਵੀ ਇਹ ਕਿਉਂ ਸੁਚੇਤ ਹੋ ਜਾਓਗੇ। ਪਾਣੀ ਨੂੰ ਵਰ ਮਿਲਿਆ ਹੋਇਆ, ਉਹਨੂੰ ਵਰ ਮਿਲਿਆ। ਰੱਬ ਨੇ ਜਦੋਂ ਬੰਦੇ ਨੂੰ ਧਰਤੀ 'ਤੇ ਭੇਜਿਆ ਨਾ, ਉਹਨੇ ਵੀ ਕਿਤੇ ਕਹਿ ਤਾ ਗਰੰਟੀ ਪਾਓ, ਕੋਈ ਤਾਂ ਗਰੰਟੀ ਪਾਓ ਬਈ, ਬੰਦੇ ਦੀ ਗਰੰਟੀ ਹੈ, ਕਾਗਜ਼ੀ ਕਾਰਵਾਈ ਪੂਰੀ ਕਰ ਲਈਏ। ਉਦੋਂ ਇਹਨੇ ਜਲ ਦੇਵਤੇ ਪਾਣੀ ਨੇ ਇਹ ਗਵਾਹੀ ਪਾਈ ਹੈ ਕਿ ਇੰਨੀ ਕੁ ਮੈਂ ਗਵਾਹੀ ਪਾਉਂਦਾ ਵਾਂ ਨਿਰੰਕਾਰ, ਜਦੋਂ ਸਵੇਰੇ ਮੈਨੂੰ ਪਿੰਡੇ 'ਤੇ ਪਾਏਗਾ ਨਾ, ਇੱਕ ਵਾਰੀ ਮੈਂ ਵਾਹਿਗੁਰੂ ਕਢਾ ਦਿਆਂਗਾ, ਮੁੜ ਕੇ ਸਾਰਾ ਦਿਨ ਲਵੇ ਨਾ ਲਵੇ। ਇਹ ਬੀਤਦੀ ਹੈ ਸਾਡੇ ਨਾਲ, ਦੇਖੋ ਕਈ ਵਾਰੀ 4-4 ਕੀਰਤਨ ਹੁੰਦੇ ਆ, 5-5, ਅਤੇ ਮੈਂ ਸਾਜਦਾ ਥੱਕ ਜਾਈਦਾ, ਕਈ ਵਾਰੀ 3 ਕੀਰਤਨ ਹੋ ਕੇ ਥੱਕ ਗਿਆ, ਹੁਣ ਵਿੱਚ ਆਰਾਮ ਦਾ ਟਾਈਮ ਹੈ ਹੀ ਨਹੀਂ। ਚੌਥਾ ਫੇਰ ਜ਼ੋਰ ਪੂਰਾ ਪਿਆ ਹੁੰਦਾ ਆਲਸ ਦਾ, ਥਕਾਵਟ ਦਾ, ਅਤੇ ਸਾਡੇ ਨਾਲ ਬੀਤਦੀ ਹੈ ਵੀ ਜਦੋਂ ਚੌਥਾ ਕੀਰਤਨ ਹੈ ਉੱਧਰੋਂ ਨੀਂਦਰ ਦਾ ਜ਼ੋਰ ਪਿਆ, ਵਾਸ਼ ਬੇਸਣ ਦੀ ਟੂਟੀ ਖੋਲੀ ਦੀ ਹੈ, ਅਤੇ ਪਾਣੀ ਠੰਡੇ ਦੇ ਨਾ ਛਿੱਟੇ ਮਾਰੀ ਦੇ ਆ, ਛਿੱਟੇ 5 ਮਿੰਟ ਮਾਰੀ ਜਾਈਦੇ, ਮਾਰੀ ਜਾਈਦੇ ਛਿੱਟੇ। ਉਹ 5 ਮਿੰਟ ਬਾਅਦ ਕੀ ਹੁੰਦਾ, ਤੁਸੀਂ 2 ਘੰਟੇ ਲਈ ਸੁਚੇਤ ਹੋ ਗਏ, ਹੁਣ ਜੋ ਮਰਜ਼ੀ ਕਰ ਲਓ। ਉਦੋਂ ਮੈਂ ਕਿਹਾ ਜਲ ਤੇਰੇ 'ਚ ਵੀ ਤਾਕਤ ਆ, ਕੋ ਸਤਨਾਮ, ਤੂੰ ਵੀ ਸੁਚੇਤ ਤਾਂ ਲੈ ਆਉਣਾ। ਕਿੰਨੀਆਂ ਹੋ ਗਈਆਂ ਜੀ? 4 ਹੋ ਗਈਆਂ। ਚਲੋ 2 ਕੁ ਮਿੰਟ ਬੈਠੇ ਹੋ, ਕਿਰਪਾ ਕਰਿਓ। ਪੰਜਵੀਂ ਜੁਗਤੀ ਤੁਹਾਡੇ 'ਚੋਂ ਜਿਹਦਾ ਦਿਲ ਕਰਦਾ ਅੰਮ੍ਰਿਤ ਵੇਲਾ ਸੰਭਾਲਣ 'ਤੇ, ਮੈਂ ਗੁਰੂ ਦੀ ਜ਼ੋਰੀ 'ਚ ਕਹਿੰਦਾ ਵਾਂ, 1 ਜਾਂ 2 ਜਪਜੀ ਸਾਹਿਬ ਦੇ ਪਾਠ ਵਧਾ ਦਿਓ। ਇਹ 5ਵੀਂ ਜੁਗਤੀ, 5 ਕਰ ਲਓ, ਬਹੁਤ ਵਧੀਆ। ਜੋ ਤੁਹਾਡਾ ਨੇਮ ਹੈ ਨਾ, ਉਸ ਤੋਂ ਇਲਾਵਾ ਇਸ ਵਾਸਤੇ ਵੱਖਰੇ, ਉਹ ਜਿਹੜੇ 1 ਜਾਂ 2 ਜਪਜੀ ਸਾਹਿਬ ਪਾਠ ਕਰਕੇ ਰੋਜ਼ ਅਰਦਾਸ ਕਰਨੀ ਹੈ, ਗੁਰੂ ਗੋਬਿੰਦ ਸਿੰਘ ਜੀ ਮੈਥੋਂ ਨਹੀਂ ਉੱਠਿਆ ਜਾਂਦਾ, 2 ਪਾਠ ਜਪਜੀ ਸਾਹਿਬ ਤੁਸੀਂ ਹੋਰ ਵੱਖਰੀ ਸੇਵਾ ਲਈ ਹੈ, ਮੈਥੋਂ ਨਹੀਂ ਉੱਠਿਆ ਜਾਂਦਾ, ਤੁਸੀਂ ਵਿਧ ਬਣਾ ਦਿਓ, ਗੁਰੂ ਦੀ ਡਿਊਟੀ ਹੈ। ਸੁਖਮਨੀ ਸਾਹਿਬ ਕਦੀ ਪੜ੍ਹੋ, ਸਿੱਖ ਕੀ ਗੁਰ ਦੁਰਮਤ ਮਲ ਹਿਰੇ, ਇਹਨੂੰ ਫੀਲ ਨਾ ਕਰਨਾ। ਅਸੀਂ ਇਕੱਲਾ ਪਛਤਾਵਾ ਕਰੀ ਜਾਈਏ, ਸਾਡਾ ਜੀ ਅੰਮ੍ਰਿਤ ਵੇਲਾ ਨਹੀਂ ਬਣਦਾ, ਸਾਡਾ ਜੀ ਅੰਮ੍ਰਿਤ ਵੇਲਾ ਨਹੀਂ, ਇਹ ਗੱਲਾਂ ਦਾ ਪਛਤਾਵਾ। ਤੁਸੀਂ ਉਹਦੇ ਪਿੱਛੇ 2 ਪਾਠ ਜਪਜੀ ਸਾਹਿਬ 1, 5, 3 ਵਧਾਉਂਦੇ ਹੋ, ਇਹ ਸੱਚਾ ਪਛਤਾਵਾ। ਹੱਕ ਸਤਨਾਮ, ਮਹਾਰਾਜ ਜੀ ਮੈਂ ਨੇਮ ਆਪ ਜੀ ਦੀ ਕਿਰਪਾ ਨਾ, ਤੁਸੀਂ ਵਿਧ ਬਣਾਓ। ਇਹ 5ਵੀਂ ਜੁਗਤੀ ਕੋਈ ਥੋੜ੍ਹਾ ਜਿਹਾ ਨੇਮ ਵੱਖਰਾ, ਕਿ ਦਾਤ ਹੀਰਿਆਂ ਵਰਗੀ ਝੋਲੀ 'ਚ ਪੈ ਜਾਏ। 6ਵੀਂ ਜੁਗਤੀ ਅੰਮ੍ਰਿਤ ਵੇਲੇ ਦੀ, ਇਹ ਹੈ ਤਾਂ ਸਰਲ ਜੀ ਹੈ ਪਰ ਮੇਰਾ ਦਿਲ ਕਰਦਾ ਬੋਲ ਜਾਂ। ਤੁਸੀਂ 5 ਵਜੇ ਉੱਠੇ ਹੋ, ਹੈ ਜੀ, ਤੁਸੀਂ ਤੌਲੀਆ ਵੀ ਗਿੱਲਾ ਲਾ ਲਿਆ, ਅੱਖਾਂ ਨੂੰ 60% ਸੁਚੇਤ ਹੋ ਗਏ, ਤਾਂ ਵੀ ਮਨ ਕਹਿੰਦਾ ਸੌਂ ਜਾ, ਇੱਕ ਦੀ ਟਰਾਈ ਕਰਿਓ। ਮੇਰੀ ਆਪਣੀ ਲਾਈਫ 'ਚ ਟਰਾਈ ਕਾਮਯਾਬ ਹੋਈ ਹੈ, ਜ਼ੋਰ ਪਿਆ ਹੁੰਦਾ ਥਕਾਵਟ ਹੋਈ ਹੁੰਦੀ। ਜਦੋਂ ਤੁਹਾਨੂੰ 5 ਵਜੇ ਪੂਰਾ ਜ਼ੋਰ ਪਿਆ ਹੋਵੇ, ਤੌਲੀਆ ਵੀ ਗਿੱਲਾ ਅੱਖਾਂ ਨੂੰ ਲਾ ਲਿਆ, ਤਾਂ ਵੀ ਜ਼ੋਰ ਪਿਆ ਹੋਇਆ, ਅਤੇ ਇੱਕ ਗੱਲ ਕਿਹਾ ਕਰੋ ਮਨ ਨੂੰ, ਮਨਾ ਮਨਾ ਉੱਠ ਪੈ, ਇਸ਼ਨਾਨ ਕਰਕੇ ਜੁੜ ਜਾ ਮਨਾ, 8 ਵਜੇ ਤੈਨੂੰ ਫਿਰ ਸੁਣਾ ਦਿਆਂਗੇ।
ਕਦੀ ਟਰਾਈ ਕਰਿਆ ਜੀ? ਮੈਂ ਜਦੋਂ ਆਪਣੇ ਮਨ ਨੂੰ ਕਈ ਵਾਰੀ ਕਹਿੰਦਾ ਨਾ ਵੀ ਤੈਨੂੰ ਅੱਠ ਸਾਢੇ ਅੱਠ ਫੇਰ ਸੁਣਾ ਦਿਆਂਗੇ ਅੱਧੇ ਪੌਣੇ ਘੰਟੇ ਲਈ, ਤੇ ਕਈ ਵਾਰ ਹਿੰਮਤ ਆ ਜਾਂਦੀ ਆਖੋ ਸਤਨਾਮ, ਚੱਲ ਕੋਈ ਨੀ ਅੱਠ ਸਾਢੇ ਅੱਠ ਫੇਰ ਅੱਧਾ ਪੌਣਾ ਘੰਟਾ ਲੱਕ ਸਿੱਧਾ ਕਰ ਲਾਂਗੇ, ਉੱਠ ਪਈਏ। ਇਹ ਕਦੀ ਟਰਾਈ ਕਰਿਓ, ਐ ਸਰਲ ਜੀ ਹੈ ਪਰ ਕਈ ਵਾਰੀ ਸਰਲ ਵੀ ਬੜਾ ਵੱਡਾ ਕਾਮਯਾਬੀ ਦੇ ਜਾਂਦੀ। ਸੱਤਵੀਂ ਜੁਗਤੀ ਅੰਮ੍ਰਿਤ ਵੇਲੇ ਦੀ ਸੱਤਵੀਂ, ਹਾਏ ਹਾਏ ਹੁਣ ਇਹਨੂੰ ਫੀਲ ਨਾ ਕਰਨਾ, ਦੂਜੇ ਬੰਨੇ ਨਾ ਖੜਨਾ। ਸੱਤਵੀਂ ਜੁਗਤੀ ਥੋੜ੍ਹੀ ਜਿਹੀ ਹਾਰਡ ਹੈ ਮਾੜੀ ਜੀ, ਪਰ ਆਪਾਂ ਨਿਰਮਲ ਭੈ ਵਿੱਚ ਇਹ ਮਹਾਂਪੁਰਸ਼ ਦੱਸਦੇ ਸੀ, ਕਹਿੰਦੇ ਜਦੋਂ ਤੁਸੀਂ ਸਵੇਰੇ ਉੱਠੇ ਹੋ ਨਾ 5 ਵਜੇ ਸਾਢੇ 4, ਤੇ ਹੁਣ ਦਿਲ ਨਹੀਂ ਕਰ ਰਿਹਾ ਉੱਠਣ ਨੂੰ, ਨਹੀਂ ਕਰ ਰਿਹਾ, ਤੇ ਕਹਿੰਦੇ ਸੱਤਵੀਂ ਜੁਗਤੀ ਏ, ਆਪਣੇ ਮਨ ਨੂੰ ਕਿਹਾ ਕਰੋ ਮਨਾ ਮਨਾ ਕਿਤੇ ਅੱਜ ਦਾ ਦਿਨ ਤੇਰਾ ਖੀਰਲਾ ਦਿਨ ਨਾ ਹੋਵੇ। ਇਹਨੂੰ ਦੂਜੇ ਬੰਨੇ ਨੂੰ ਖੜਨਾ, ਵਾਹਿਗੁਰੂ ਸਾਹਿਬ ਦੀ ਉਮਰ ਲੰਬੀ ਕਰੇ ਤੁਹਾਡੀ, ਰਾਖੀ ਕਰੇ, ਅੰਗ ਸੰਗ ਰਵੇ, ਪਰ ਇੱਕ ਦਿਨ ਤੇ ਜਾਣਾ ਨਾ। ਇਹ ਮਨ ਨੂੰ ਕਿਤੇ ਇਹ ਕਹੋਗੇ ਨਾ ਬਾਈ ਚਾਂਸ, ਜੇ ਤੇਰਾ ਅੱਜ ਆਖਰੀ ਦਿਨ ਹੋਇਆ ਤੇ ਜਦੋਂ ਤੈਨੂੰ ਉੱਥੇ ਪੇਸ਼ ਕੀਤਾ ਤੇ ਉਹਨੇ ਤੇਰੇ ਖਾਤੇ ਦੀ ਵਿਚਕਾਰੋਂ ਨਾ ਵੇਖਿਆ, ਅਖੀਰ ਤੋਂ ਹੀ ਵੇਖ ਲਿਆ, ਆਖੋ ਸਤਨਾਮ, ਓਹੋ ਇਹ ਤੇ 7:30 ਉੱਠੀਏ, ਜੇ ਉਹਨੇ ਤੇਰਾ ਖਾਤੇ ਦਾ ਅਖੀਰਲਾ ਪੇਜ ਹੀ, ਕਈ ਵਾਰੀ ਅਫਸਰ ਜਿਹੜਾ ਮਾਲਕ ਜਿਹੜਾ ਨਾ ਸਟਾਰਟਿੰਗ ਦੇ ਪੇਜ ਵੇਖ ਲੈਂਦਾ, ਅਖੀਰਲੇ ਵੇਖ ਲੈਂਦਾ, ਜੇ ਉਹਨੇ ਅਖੀਰਲਾ ਪੇਜ ਵੇਖ ਲਿਆ 7:30 ਉੱਠੀ 7:30 ਉੱਠਿਆ, ਉੱਠਿਆ ਵੀ ਕਹਿ ਦਿੰਦੇ ਵਿੱਚ ਬੀਬੀਆਂ ਕਹਿੰਦੇ ਸਾਨੂੰ ਹੀ ਕਿਹਾ, ਤੇ ਕੀ ਮੂੰਹ ਵਿਖਾਏਗਾ? ਇਹ ਵੀ ਭੈ, ਇਹਨੂੰ ਨਿਰਮਲ ਭੈ ਕਹਿੰਦੇ ਆ, ਕਦੀ ਲਾਵਾਂ ਪੜੋ ਨਾ ਲਾਵਾਂ, ਤੇ ਤੀਜੀ ਲਾਂਚ ਕਹਿੰਦੇ ਨਿਰਮਲ ਭੋ ਪਾਇਆ ਹਰ ਗੁਣ, ਇਹ ਨਿਰਮਲ ਭੈ ਵਧੀਆ। ਤੁਹਾਡੀ ਸੰਗਤ ਚੋਂ ਮੈਨੂੰ ਕਿਸੇ ਨੇ ਕਿਹਾ ਸੀ, ਕਹਿੰਦਾ ਜੀ ਮੈਂ 2 ਅਲਾਰਮ ਲਾਉਂਦਾ ਵਾਂ, ਫਿਰ ਇੱਕ ਟੈਲੀਫੋਨ ਦਾ ਅਲਾਰਮ ਹੁੰਦਾ, ਟੈਲੀਫੋਨ ਦਾ ਵੱਖਰਾ ਅਲਾਰਮ ਹੁੰਦਾ ਵੀ ਟੈਲੀਫੋਨ ਵਾਲੇ ਬੈਲ ਮਾਰ ਦਿੰਦੇ 9 ਵਜੇ, ਕਹਿੰਦਾ ਜੀ 2 ਅਲਾਰਮ ਘੜੀ ਦੇ ਲਾਉਂਦਾ, 1 ਅਲਾਰਮ ਟੈਲੀਫੋਨ ਵਾਲਾ ਲਾਉਂਦਾ, ਅਤੇ ਚੌਥਾ ਮੈਂ ਵੋਟੀ ਨੂੰ ਕਿਹਾ ਹੋਇਆ, ਉਹਨੇ ਅਲਾਰਮ ਲਾਉਂਦਾ 4:30, 1:30 ਦੂਜਾ, 5:15 ਆਪਣਾ ਟੈਲੀਫੋਨ ਦਾ, ਅਤੇ ਕਹਿੰਦਾ 5:30 ਮੈਂ ਵੋਟੀ ਨੂੰ ਕਿਹਾ ਹੋਇਆ ਵੀ ਤਿੰਨੇ ਜਗ੍ਹਾ ਤੋਂ ਨਾ ਉੱਠਾਂ ਤਾਂ ਤੂੰ ਉਠਾ ਦੇਣਾ। ਕਹਿੰਦਾ ਜੀ ਮੈਂ ਪਹਿਲਾ ਅਲਾਰਮ ਵੱਜਦਾ ਤਾਂ ਵੀ ਨਹੀਂ ਉੱਠਦਾ, ਦੂਜਾ ਵੱਜਦਾ ਤਾਂ ਵੀ ਨਹੀਂ ਮੇਰੇ ਕੋਲ ਉੱਠਿਆ ਜਾਂਦਾ, ਟੈਲੀਫੋਨ ਵਾਲੇ ਬੈਲ ਮਾਰਦੇ ਉਹ ਵੀ ਮੈਂ ਚੁੱਕ ਕੇ ਰੱਖ ਦੇਣਾ, ਅਤੇ ਚੌਥਾ ਮੇਰੀ ਘਰ ਵਾਲੀ ਲਾ ਲਾ ਕੇ ਥੱਕ ਜਾਂਦੀ, ਕਹਿੰਦਾ ਮੇਰਾ ਕੀ ਕਸੂਰ ਹੈ, ਮੈਂ ਤਾਂ ਸਾਰਾ ਕੁਝ ਕੀਤਾ, ਆਖੋ ਸਤਨਾਮ, ਮੇਰਾ ਕੀ ਕਸੂਰ ਹੈ? ਮੈਂ ਇਹਦਾ ਜਵਾਬ ਸੁਣਿਆ ਸੀ ਮਹਾਂਪੁਰਸ਼ਾਂ ਕੋਲ, ਅੱਛਾ ਇੰਨਾ ਚੰਗਾ ਤੂੰ ਪਹਿਲਾਂ ਅਲਾਰਮ ਵੀ ਲਾਉਂਦਾ, ਦੂਜਾ ਵੀ, ਫਿਰ ਟੈਲੀਫੋਨ ਦਾ ਅਲਾਰਮ ਵੀ, ਫਿਰ ਚੌਥਾ ਘਰ ਵਾਲੀ ਤੈਨੂੰ ਉਠਾਉਂਦੀ ਹੈ ਤਾਂ ਵੀ ਨਹੀਂ ਉੱਠਦਾ ਤੂੰ, ਕਹਿੰਦਾ ਮੇਰਾ ਹੁਣ ਕੀ ਕਸੂਰ ਹੈ, ਮੈਂ ਤਾਂ ਫ੍ਰੀ ਹਾਂ, ਮੈਂ ਤਾਂ ਪੂਰੀ ਕੋਸ਼ਿਸ਼ ਕੀਤੀ। ਫਿਰ ਮੈਂ ਮਹਾਂਪੁਰਸ਼ਾਂ ਤੋਂ ਜਵਾਬ ਸੁਣਿਆ ਸੀ, ਮੈਂ ਕਿਹਾ ਵੀ ਪਹਿਲਾਂ ਅਲਾਰਮ ਵੀ ਵੱਜ ਗਿਆ, ਦੂਜਾ ਵੀ ਵੱਜ ਗਿਆ, ਟੈਲੀਫੋਨ ਵਾਲਾ ਵੀ ਵੱਜ ਗਿਆ, ਹੁਣ ਤੇਰੀ ਘਰ ਵਾਲੀ ਜੇ ਤੈਨੂੰ ਆ ਕੇ ਲਾ ਕੇ ਇੰਨਾ ਹੀ ਕਹਿ ਦੇਵੇ, ਮੈਂ ਕਿਹਾ ਤੈਨੂੰ ਇੰਨਾ ਹੀ ਕਹਿ ਦੇਵੇ ਉੱਠੋ ਜੀ ਤੁਹਾਡੇ ਮੰਜੇ ਥੱਲੇ ਸੱਪ ਹੈਗਾ, ਮੈਂ ਕਿਹਾ ਉੱਠੇਗਾ ਕਿ ਨਹੀਂ, ਆਖੋ ਸਤਨਾਮ, ਵੀ ਤੈਨੂੰ ਕਹਿ ਦੇਵੇ 4 ਫੁੱਟ ਲੰਬਾ ਥੱਲੇ ਮੰਜੇ ਦੇ ਸੱਪ ਹੈ, ਮੈਂ ਕਿਹਾ ਫਿਰ ਉੱਠੇਗਾ ਕਿ ਨਹੀਂ? ਕਹਿੰਦਾ ਜੀ ਉੱਠਣਾ ਇੱਕ ਪਾਸੇ ਰਿਹਾ, ਬਾਹਰ ਨੂੰ ਭੱਜਾਂਗਾ, ਮੈਂ ਤਾਂ ਬਾਹਰ ਨੂੰ ਭੱਜਾਂਗਾ, ਫਿਰ ਉੱਠਣਾ ਤਾਂ ਇੱਕ ਪਾਸੇ ਰਿਹਾ, ਮੈਂ ਕਿਹਾ ਬਸ ਇੰਨੀ ਕੁ ਘੁੰਡੀ ਏ। ਗੁਰਬਾਣੀ ਕਹਿੰਦੀ ਏ ਨਾਗ ਰੂਪੀ ਕਾਲ ਪਤਾ ਨਹੀਂ ਕਿਹੜੇ ਵੇਲੇ ਤੇਰੇ ਕੋਲ ਆ ਜਾਣਾ, ਆਖੋ ਸਤਨਾਮ, ਇਹਨੂੰ ਕੋਲ ਜਾਣ, ਨਾਗ ਰੂਪੀ ਕਾਲ ਪਤਾ ਹੀ ਨਹੀਂ, ਉਹਨੇ ਕਿੰਨੇ ਸਵਾਸ ਦਿੱਤੇ ਗਿਣ ਕੇ, ਆਖੋ ਸਤਨਾਮ। ਇਹ ਥੋੜਾ ਜਿਹਾ ਨਿਰਮਲ ਭੈ ਰੱਖੋ ਸੱਤਵੀਂ ਜੁਗਤੀ, ਕਿ ਮਨਾ ਕਿਤੇ ਆਖਰੀ ਦਿਨ ਨਾ ਹੋਵੇ, ਉੱਥੇ ਫਿਰ ਕੀ ਤੇਰੀ ਹਾਜ਼ਰੀ ਲੱਗੂਗਾ ਜੀ ਕਿ ਆਖੋ ਸਤਨਾਮ, ਕਿ ਅੱਜ 8 ਵਜੇ ਉੱਠੀ ਸੀ, ਅੱਜ 7 ਵਜੇ ਉੱਠੀ। ਇਹ 7 ਜੁਗਤੀਆਂ ਨੇ ਜਿਹੜੀਆਂ ਤੁਹਾਨੂੰ ਸੈਡ ਸਹਿਯੋਗ ਦੇ ਸਕਦੀਆਂ, ਤੇ ਮੈਂ ਇੱਕ ਗੁਰੂ ਦੀ ਹਜ਼ੂਰੀ 'ਚ ਕਹਿੰਦਾ, ਗੁਰੂ ਗੋਬਿੰਦ ਸਿੰਘ ਜੀ ਦੇ ਸਾਹਿਬਜ਼ਾਦਿਆਂ ਦਾ ਸ਼ਹੀਦੀ ਦਿਹਾੜੇ ਦੇ ਦਿਨ, ਭਾਈ ਸੰਗਤ ਸਿੰਘ ਜੀ ਹੋਰ ਸਿੰਘਾਂ ਦੇ ਸ਼ਹੀਦੀ ਦਿਹਾੜੇ ਦੇ ਦਿਨ ਅੱਜ ਇੱਥੇ ਤੁਹਾਡੇ ਮਨਾਏ ਸਫਲੇ ਹੋ ਜਾਣਗੇ, ਅਗਰ ਤੁਹਾਡੇ 'ਚੋਂ ਕੋਈ ਇੱਕ ਵੀ ਅੰਮ੍ਰਿਤ ਵੇਲਾ ਸੰਭਾਲ ਗਿਆ। ਜੈਕਾਰਾ ਗੱਜ ਕੇ ਛੱਡੋ ਪਿਆਰ ਨਾਲ, ਸੋ ਨਿਹਾਲ। ਇਹ ਪਰਿਵਾਰ ਜਿਹੜਾ ਸਮਾਗਮ ਕਰਾ ਰਿਹਾ, ਇਹਨਾਂ ਦਾ ਸਮਾਗਮ ਕਰਾਇਆ ਵੀ ਸਫਲਾ ਹੋ ਜਾਏਗਾ। ਇਹਨਾਂ ਦੀ ਵੀ ਰੀਝ ਹੁੰਦੀ ਹੈ ਸੰਗਤਾਂ ਆਉਣ, ਚਰਨ ਪੈਣ, ਕੁਝ ਚਲੋ ਬਖਸ਼ਿਸ਼ ਮਿਲੇ, ਇਹ ਸਮਾਗਮ ਕਰਾਏ ਵੀ ਸਫਲੇ, ਵੀ ਜਿਹੜੇ ਭਾਈ ਇਤਿਹਾਸ ਦੇ ਨਿਚੋੜਾਂ ਨੂੰ ਘਰ ਲੈ ਜਾਂਦੇ ਨੇ,
ਤੋ ਇਹ ਕਲਗੀਧਰ ਨੇ ਜੰਗ ਦੇ ਮੈਦਾਨ ਚ ਵੀ ਅੰਮ੍ਰਿਤ ਵੇਲਾ ਸੰਭਾਲਿਆ, ਫਿਰ ਗੜੀ ਤੋਂ ਸਾਹਿਬਜ਼ਾਦਿਆਂ ਦੀ ਸਿੰਘਾਂ ਦੀਆਂ ਸ਼ਹੀਦੀਆਂ ਇਹ ਉਹ ਦਿਹਾੜੇ ਜਾ ਰਹੇ ਨੇ। ਗੁਰੂ ਗੋਬਿੰਦ ਸਿੰਘ ਜੀ ਦੇ ਪਿਆਰ ਦੇ ਵਿੱਚ ਸਾਰੇ ਇੱਕ ਵਾਰੀ ਕਹਿ ਦਿਓ ਗਰੀਬ ਨਵਾਜ, ਆਪ ਜੀ ਦੀਆਂ ਵਡਿਆਈਆਂ ਅਚਰਜ ਨੇ, ਸਾਰੀ ਸੰਗਤ ਕਿਰਪਾ ਕਰਿਓ ਜੀ, ਇਹ ਪੰਕਤੀਆਂ ਪਿਆਰ ਨਾਲ ਬੋਲਿਓ ਜੀ। ਜੋ ਜੀ ਮੇਰੇ ਗੋਬਿੰਦਾ, ਜੋ ਜੀ ਮੇਰੇ ਪਿਆਰੇ ਸਾਰੇ, ਪ੍ਰਭ ਮੇਰਾ ਚੋਜੀਆ, ਪ੍ਰਭ ਮੇਰਾ ਚੋਜੀ 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 ਮੇਰੇ ਪਿਆਰੇ, ਸਾਰੀ ਸੰਗਤ